ਤਸਵੀਰਾਂ ਦੇਖੀਆਂ ਤੁਸੀਂ ਕਿ ਕਿਵੇਂ ਭਾਜਪਾ ਵਾਲੇ ਆਪਸ ਦੇ ਵਿੱਚ ਹੀ ਲੜੀ ਜਾ ਰਹੇ ਨੇ, ਇੱਕ ਦੂਜੇ ਤੇ ਮੇਜ਼ ਕੁਰਸੀਆਂ ਸੁੱਟ ਰਹੇ ਨੇ। ਤਾਂ ਤਸਵੀਰਾਂ ਦਿਖਾ ਰਹੇ ਹਾਂ ਤੁਹਾਨੂੰ ਇੱਕ ਕਾਨਫਰੰਸ ਹਾਲ ਦੀਆਂ, ਜਿੱਥੇ ਵਿਧਾਨ ਸਭਾ ਹਲਕਾ ਪਾਇਲ ਦੇ ਵਿੱਚ ਬੀਜੇਪੀ ਆਗੂ ਜਿਹੜੇ ਨੇ ਉਹ ਆਪਸ ਦੇ ਵਿੱਚ ਭਿੜ ਗਏ। ਕਹਿੰਦੇ ਪਹਿਲਾਂ ਮੈਂ ਬੋਲੂੰ, ਇੱਕ ਦੂਜੇ ਤੇ ਕੁਰਸੀਆਂ ਸੁੱਟੀਆਂ ਗਈਆਂ, ਡਾਂਗਾ ਚਲਾਈਆਂ ਗਈਆਂ, ਲੱਤਾਂ ਮੁੱਕਿਆਂ ਦਾ ਤਾਂ ਹਿਸਾਬ ਹੀ ਨਾ ਪੁੱਛੋ। ਤਾਂ ਗੁਆਂਢੀ ਸੂਬੇ ਪਾਇਲ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਭਾਜਪਾ ਦੇ ਬੂਥ ਸੰਮੇਲਨ ਦੇ ਵਿੱਚ, ਇਸ ਕਾਨਫਰੰਸ ਹਾਲ ਦੇ ਵਿੱਚ ਇਹ ਹੰਗਾਮਾ ਹੋਇਆ ਹੈ। ਸਟੇਜ 'ਤੇ ਹੀ ਜਿਹੜੇ ਆਗੂ ਖੜ੍ਹੇ ਸਨ ਉਹਨਾਂ ਦੇ ਵਿਚਕਾਰ ਭਾਸ਼ਣ ਦੇਣ ਨੂੰ ਲੈ ਕੇ ਕੁਰਸੀਆਂ ਚੱਲ ਪਈਆਂ, ਇੱਕ ਦੂਜੇ ਦੇ ਮਾਈਕ ਮਾਰੇ ਗਏ, ਮਾਈਕ ਖੋਲ੍ਹੇ ਗਏ। ਹੱਥੋਂ ਪਾਈ ਦੀਆਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ, ਕਈ ਲੋਕਾਂ ਦੀਆਂ ਪੱਗਾਂ ਵੀ ਉੱਤਰ ਗਈਆਂ। ਤਾਂ ਵਿਵਾਦ ਜਿਹੜਾ ਇਹ ਸਟੇਜ 'ਤੇ ਬੋਲਣ ਨੂੰ ਲੈ ਕੇ ਹੋਇਆ ਹੈ ਕਿ ਸਟੇਜ 'ਤੇ ਪਹਿਲਾਂ ਬੋਲੇਗਾ ਕੌਣ। ਤਾਂ ਮੀਟਿੰਗ ਦੇ ਵਿੱਚ ਹੰਗਾਮਾ ਹੋਇਆ ਬੀਜੇਪੀ ਦੀ। ਦੱਸ ਦਈਏ ਕਿ ਪੰਜਾਬ ਦੇ ਜਿਹੜੇ ਪ੍ਰਵਕਤਾ ਨੇ ਹਰਜੀਤ ਸਿੰਘ ਗਰੇਵਾਲ, ਉਹ ਵੀ ਮੌਕੇ 'ਤੇ ਮੌਜੂਦ ਸਨ। ਉਹਨਾਂ ਦੀਆਂ ਅੱਖਾਂ ਸਾਹਮਣੇ ਹੀ ਇਹ ਸਾਰਾ ਹੰਗਾਮਾ ਹੋਇਆ ਹੈ। ਤਾਂ ਗੁਆਂਢੀ ਸੂਬੇ ਹਰਿਆਣਾ ਦੇ ਪਾਇਲ ਇਲਾਕੇ ਦੀਆਂ ਤਸਵੀਰਾਂ ਸਾਹਮਣੇ ਆ ਰਹੀਆਂ ਨੇ, ਜਿੱਥੇ ਭਾਜਪਾ ਵਾਲੇ ਆਪਸ 'ਚ ਹੀ ਲੜ ਪਏ।